ਦੇ ਸਟੂਡੈਂਟਸ ਵੈਲਕਮ ਅੱਜ ਇਸ ਵੀਡੀਓ ਦੇ ਵਿੱਚ ਆਪਣਾ ਟਾਪਿਕ ਹੈ ਵਿਊਜ਼ ਆਫ ਬਰੂਨਰ ਅਬਾਊਟ ਟੀਚਿੰਗ ਥਰੂ ਡਿਸਕਵਰੀ ਜੋ ਖੋਜ ਰਾਹੀਂ ਅਧਿਆਪਨ ਕਰਨਾ ਹੈ ਟੀਚਰ ਨੇ ਇਹ ਇਸ ਕਨਸੈਪਟ ਬਾਰੇ ਬਰੂਨਰ ਦੇ ਕੀ ਵਿਚਾਰ ਨੇ ਬਰੂਨਰ ਇੱਕ ਸਾਈਕੋਲੋਜਿਸਟ ਸੀ ਜਿਹੜਾ ਕਿਸ ਥਿਊਰੀ ਦਾ ਸਮਰਥਕ ਰਿਹਾ ਹੈ ਮੀਨਸ ਇਹਨੂੰ ਥਿਊਰੀ ਨੂੰ ਸਪੋਰਟ ਕੀਤਾ ਬਰੂਨਰ ਦੇ ਅਨਸਾਰ ਵਿਦਿਆਰਥੀ ਸਿੱਖਣ ਪ੍ਰਕਿਰਿਆ ਵਿੱਚ ਕਿਰਿਆਸ਼ੀਲ ਹੋਣੇ ਚਾਹੀਦੇ ਨੇ ਮੀਨਸ ਜੋ ਲਰਨਿੰਗ ਪ੍ਰੋਸੈਸ ਹੈ ਉਹਦੇ ਵਿੱਚ ਜਿਹੜਾ ਸਟੂਡੈਂਟ ਹੈ ਉਹ ਐਕਟਿਵ ਹੋਣਾ ਜ਼ਰੂਰੀ ਹੈ ਉਹਨਾਂ ਨੂੰ ਸਿਰਫ ਅਧਿਆਪਕ ਦੁਆਰਾ ਵਿਆਖਿਆਵਾਂ ਨੂੰ ਮੰਨਣ ਦੀ ਬਜਾਏ ਖੁਦ ਮੁੱਖ ਸਿਧਾਂਤਾਂ ਦੀ ਪਛਾਣ ਕਰਨੀ ਚਾਹੀਦੀ ਹੈ ਮੀਨਸ ਇਕੱਲਾ ਜਦੋਂ ਅਧਿਆਪਕ ਵਿਆਖਿਆ ਕਰਦਾ ਤਾਂ ਬੱਚੇ ਸਿਰਫ ਸੁਣਦੇ ਰਹਿੰਦੇ ਨੇ ਬਰੂਨਰ ਨੇ ਇਹ ਕਿਹਾ ਕਿ ਬੱਚਿਆਂ ਨੇ ਅਧਿਆਪਕ ਦੁਆਰਾ ਦਿੱਤੀ ਗਈ ਵਿਆਖਿਆ ਨੂੰ ਇਕੱਲਾ ਮੰਨਣਾ ਹੀ ਨਹੀਂ ਸਗੋਂ ਖੁਦ ਉਨਰ ਲਿਟਰਡ ਜਿਹੜੇ ਪ੍ਰਿੰਸੀਪਲਸ ਨੇ ਜਿਹੜੇ ਸਿਧਾਂਤ ਨੇ ਉਹਨਾਂ ਨੂੰ ਆਇਡੈਂਟੀਫਾਈ ਕਰਨਾ ਹੈ ਤਾਂ ਜੋ ਬੱਚੇ ਵਧੀਆ ਤਰੀਕੇ ਨਾਲ ਸਿੱਖ ਸਕਣ ਇਸ ਨੂੰ ਖੋਜ ਰਾਹੀਂ ਸਿੱਖਣਾ ਕਿਹਾ ਜਾਂਦਾ ਹੈ ਹੁਣ ਦੇਖੋ ਜਦੋਂ ਬੱਚੇ ਆਪਣੇ ਆਪ ਪ੍ਰਿੰਸੀਪਲਸ ਨੂੰ ਆਇਡੈਂਟੀਫਾਈ ਕਰਨਗੇ ਕਿ ਇਹਹੀ ਜਿਹੜਾ ਕਨਸੈਪਟ ਹੈ ਕਿਸ ਤਰੀਕੇ ਨਾਲ ਬਣਿਆ ਇਹਦਾ ਕੀ ਅਰਥ ਨਿਕਲ ਰਿਹਾ ਹੈ ਤਾਂ ਉਹ ਬੱਚੇ ਖੋਜ ਰਾਹੀਂ ਸਿੱਖ ਰਹੇ ਹੋਣਗੇ ਉਸ ਟਾਈਮ ਬਰੂਨਰ ਦੀ ਬੌਧਿਕ ਵਿਕਾਸ ਥਿਉਰੀ ਅਨਸਾਰ ਬੱਚੇ ਦਾ ਬੌਧਿਕ ਵਿਕਾਸ ਉਸਦੀ ਸੋਚਨ ਕਿਰਿਆ ਦੀ ਹੰਤੀਜਾ ਹੈ ਹੁਣ ਜੋ ਬੱਚੇ ਦੀ ਇੰਟੈਲੈਕਚੁਅਲ ਡਵੈਲਪਮੈਂਟ ਹੁੰਦੀ ਹੈ ਕਦੋਂ ਹੁੰਦੀ ਹੈ ਜਦੋਂ ਬੱਚਾ ਸੋਚਦਾ ਹੈ ਮੀਨਸ ਕਿਸੇ ਵੀ ਕਿਰਿਆ ਨੂੰ ਕਰਨ ਬਾਰੇ ਸੋਚਦਾ ਹੈ ਜਾਂ ਕੋਈ ਕਿਰਿਆ ਉਹਨੇ ਹੁੰਦੀ ਦੇਖੀ ਉਹਨੇ ਉਹਦੇ ਬਾਰੇ ਸੋਚਿਆ ਕਿ ਇਹ ਗੱਲ ਕਿਵੇਂ ਵਾਪਰੀ ਹੈ ਇਹ ਘਟਨਾ ਕਿਸ ਤਰੀਕੇ ਨਾਲ ਵਾਪਰੀ ਹੈ ਜਦੋਂ ਬੱਚਾ ਇਹ ਮੈਂਟਲ ਐਕਟੀਵਿਟੀ ਕਰਦਾ ਹੈ ਤਾਂ ਉਹਦੀ ਜਿਹੜੀ ਇੰਟੈਲੈਕਚੁਅਲ ਡਵੈਲਪਮੈਂਟ ਉਹ ਹੁੰਦੀ ਹੈ ਬਰੂਨਰ ਦੇ ਅਨੁਸਾਰ ਜਿਹੜਾ ਹੁਸ਼ਿਆਰ ਦਿਮਾਗ ਹੈ ਮੀਨ ਜਿਹੜਾ ਇੰਟੈਲੀਜੈਂਟ ਬ੍ਰੇਨ ਹੈ ਉਹ ਸਧਾਰਨ ਕੋਚਿੰਗ ਪ੍ਰਣਾਲੀ ਤੋਂ ਪਰੇ ਮੀਨਜ਼ ਜੋ ਬੱਚਿਆਂ ਨੂੰ ਸਧਾਰਨ ਦੱਸਿਆ ਜਾਂਦਾ ਉਹ ਤੋਂ ਬਿਲਕੁਲ ਪਰੇ ਹੁੰਦਾ ਹੈ ਨਵੀਂ ਅਤੇ ਸੰਭਾਵਿਤ ਫਲਦਾਇਕ ਭਵਿੱਖਵਾਣੀ ਵੱਲ ਜਾਣ ਦੀ ਆਗਿਆ ਦਿੰਦੀ ਹੈ ਮੀਨਜ਼ ਜਿਹੜੇ ਬੱਚੇ ਇੰਟੈਲੀਜੈਂਟ ਹੁੰਦੇ ਨੇ ਉਹਨਾਂ ਨੂੰ ਜੇਕਰ ਅਸੀਂ ਉਹਨੇ ਕ ਨੌਲੇਜ ਦਿੰਨੇ ਆ ਜਿੰਨੀ ਉਹਨਾਂ ਕੋਲ ਪਹਿਲਾਂ ਹੀ ਹੈ ਤਾਂ ਉਹ ਬੱਚੇ ਇੰਟਰਸਟ ਨਹੀਂ ਲੈਣਗੇ ਸਗੋਂ ਬੱਚੇ ਨਵੀਂ ਤੇ ਜਿਹੜੀ ਸੰਭਾਵਿਤ ਫਲਦਾਇਕ ਮੀਨਜ਼ ਜਿਹੜੀ ਉਹਨਾਂ ਨੂੰ ਇਸ ਤਰ੍ਹਾਂ ਦੀ ਪੋਸਿਬਿਲਿਟੀ ਪੋਸਿਬਿਲਿਟੀਆਂ ਪੈਦਾ ਕਰਦੀ ਹੈ ਜਿਨ੍ਹਾਂ ਦੇ ਜਿਹੜੇ ਬੱਚੇ ਨੇ ਉਹ ਹੋਰ ਸਿੱਖ ਸਕਣ ਉਹਦੇ ਵੱਲ जान ਦੇ ਲਈ ਬੱਚੇ ਪ੍ਰੇਰਿਤ ਹੁੰਦੇ ਨੇ ਉਸ ਅਨਸਾਰ ਬੌਧਿਕ ਵਿਕਾਸ ਵਿੱਚ ਮਨੁੱਖ ਦੀਆਂ ਜਿਹੜੀਆਂ ਮੁੱਢਲੀਆਂ ਯੋਗਤਾਵਾਂ ਨੇ ਜਿਹੜੀਆਂ ਬੇਸਿਕ ਕੈਪੈਬਿਲिटीज ਹੁੰਦੀਆਂ ਨੇ ਕੈਪੈਸਿਟੀਆਂ ਹੁੰਦੀਆਂ ਨੇ ਤੇ ਸੱਭਿਆਚਾਰਕ ਤੌਰ ਤੇ ਖੋਜੀਆਂ ਤਕਨੀਕਾਂ ਤੇ ਜਿਹੜੀਆਂ ਤਕਨੀਕਾਂ ਨੇ ਜਿਨ੍ਹਾਂ ਦੀ ਖੋਜ ਕੀਤੀ ਗਈ ਹੈ ਉਹ ਅੰਤਰ ਕਿਰਿਆਵਾਂ ਵਿੱਚ ਸ਼ਾਮਿਲ ਹੁੰਦੀਆਂ ਨੇ ਮੀਨਸ ਮੁੱਢਲੀਆਂ ਸਮਰੱਥਾਵਾਂ ਲਈ ਵਿਸਤਾਰਕ ਦੇ ਰੂਪ ਦੇ ਵਿੱਚ ਕੰਮ ਕਰਦੀਆਂ ਨੇ ਜਿਹੜੀਆਂ ਖੋਜੀ ਤਕਨੀਕਾਂ ਨੇ ਜੋ ਅਸੀਂ ਕਹਿੰਦੇ ਆ ਵੀ ਬੱਚੇ ਦੇ ਵਿੱਚ ਅਸੀਂ ਇਨੇਟ ਕੁਆਲਿਟੀਆਂ ਹੁੰਦੀਆਂ ਨੇ ਜਦੋਂ ਬੱਚਾ ਪੈਦਾ ਹੁੰਦਾ ਇਨ ਬੋਰਨ ਹੀ ਉਹਦੇ ਅੰਦਰ ਹੁੰਦੀਆਂ ਨੇ ਉਹਨੂੰ ਬਾਹਰ ਕੱਢਣਾ ਹੈ ਬਾਹਰ ਕਿਸ ਦੌਰਾਨ ਕੱਢਿਆ ਜਾਂਦਾ ਐਜੂਕੇਸ਼ਨ ਦੇ ਦੁਆਰਾ ਬਟ ਜਦੋਂ ਅਸੀਂ ਬੱਚੇ ਨੂੰ ਖੁਦ ਮਖਤਿਆਰੀ ਦਵਾਂਗੇ ਤਾਂ ਜਿਹੜਾ ਬੱਚਾ ਹੈ ਉਹ ਸੈਲਫ ਲਰਨਿੰਗ ਕਰਦਾ ਤੇ ਇਹ ਉਹਦੀ ਟੀਚਿੰਗ ਥਰੂ ਡਿਸਕਵਰੀ ਹੋ ਜਾਂਦੀ ਮੀਨ ਜਿਹੜਾ ਬੱਚਾ ਹੈ ਉਸ ਤਰੀਕੇ ਨਾਲ ਸਿੱਖੇਗਾ ਅਧਿਆਪਕ ਸਿਰਫ ਉਹਨਾਂ ਨੂੰ ਕਨਸੈਪਟ ਦੱਸ ਰਿਹਾ ਹੈ ਬਟ ਬੱਚੇ ਨੇ ਉਹਨਾਂ ਕਨਸੈਪਟਸ ਨੂੰ ਕਲੀਅਰ ਕਰਨ ਦੇ ਲਈ ਖੁਦ ਆਪਣੇ ਦਿਮਾਗ ਦੇ ਨਾਲ ਸੋਚਣਾ ਹੈ ਤੇ ਉਹਦੇ ਅਕੋਰਡਿੰਗ ਜਿਹੜੇ ਪ੍ਰਿੰਸੀਪਲ ਜਾਂ ਜਿਹੜੇ ਸਿਧਾਂਤ ਉਹਦੇ ਮਾਈਂਡ ਦੇ ਵਿੱਚ ਆਉਂਦੇ ਨੇ ਉਹਨਾਂ ਦੇ ਅਕੋਰਡਿੰਗ ਉਹਨੇ ਲਰਨ ਕਰਨਾ ਹੈ ਥੈਂਕਸ ਫॉर ਵਾਚਿੰਗ